ਉਸ ਤੋਂ ਆਏ ਦਿਨ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕੁੜੀ ਕੋਮਲਪ੍ਰੀਤ ਕੌਰ ਦਾ ਇੱਕ ਵਾਰ ਫਿਰ ਤੋਂ ਵਿਵਾਦ ਇਸ ਅੰਕਲ ਦੇ ਨਾਲ ਜੁੜ ਗਿਆ। ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਇਹ ਅੰਕਲ ਨੇ ਤਾਂ ਉਹਨਾਂ ਦੀ ਸਟਾਲ ਦੇ ਉੱਪਰ ਆ ਕੇ ਉਹਨਾਂ ਨੇ ਛੇੜਖਾਨੀ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਨੇ ਸਤਿਗੁਰ ਦੀ ਸਟਾਲ ਕਰਕੇ ਆਪਣੀ ਰੇਹੜੀ ਦੇ ਉੱਪਰ ਲਿਖਿਆ ਜਿੱਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਹਟਾ ਦੇਵੋ ਅਤੇ ਤੁਹਾਨੂੰ ਲੈ ਚੱਲਦੇ ਸਾਂ। ਪੂਰੀ ਵੀਡੀਓ ਦੇ ਵੱਲ ਅਤੇ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਕੌਣ ਸਹੀ ਅਤੇ ਕੌਣ ਗਲਤ ਲੈ ਚੱਲਦੇ ਵੀਡੀਓ ਵੱਲ। ਹੈਲੋ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ। ਮੈਂ ਤੁਹਾਡੀ ਆਪਣੀ ਚਾਹ ਵਾਲੀ ਕੁੜੀ। ਪਤਾ ਕਿ ਮੇਰੀ ਦੁਕਾਨ ਤੇ ਸਤਿਗੁਰੂ ਟੀ ਸਟਾਲ ਲਿਖਿਆ ਹੋਇਆ ਵਾ ਤੇ ਆ ਦੇਖੋ ਜੀ, ਮੇਰੀ ਦੇ ਅੰਕਲ ਆਏ ਸੀ, ਆ ਵਾਲੇ ਜਿਹੜੇ ਚਿੱਟੀ ਪੱਗ ਵਾਲੇ ਨੇ, ਤੇ ਮੈਨੂੰ ਨੇ ਤੰਗ ਕਰ ਰਹੇ ਸੀ। ਤੇ ਵੇਖੋ ਜੀ, ਮੈਂ ਚਾਹ ਬਣਾ ਰਹੀ ਸੀ, ਠੀਕ ਹੈ, ਪਰ ਵੇਖੋ ਮੈਨੂੰ ਨਾ ਕਹਿ ਰਹੇ ਸੀ ਕਿ ਆਪਣੀ ਨਾ ਦੁਕਾਨ ਦੇ ਉੱਤੋਂ ਮੂਹਰੇ ਨਾਮਕ ਹਟਾ ਸਤਿਗੁਰੂ ਟੀ ਸਟਾਲ, ਤੇ ਮੈਨੂੰ ਆ ਕੇ ਤੰਗ ਕਰ ਰਹੇ ਨੇ। ਦੋਸਤੋ, ਤੁਸੀਂ ਪੂਰੀ ਵੀਡੀਓ ਦੇਖ ਲਿਆ ਤੇ ਤੁਹਾਡੇ ਮੁਤਾਬਕ ਕੌਣ ਸਹੀ ਅਤੇ ਕੌਣ ਗਲਤ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜੁੜੇ ਰਹਿੰਦੇ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਦਿਓ ਇਜਾਜ਼ਤ। ਰੱਬ ਰਾਖਾ।